ਰੇਂਜਰ ਦੇ ਹਿਸਾਬ ਨਾਲ ਜੀ ਮੇਰਾ ਲੜਕਾ ਹੀ ਲੱਗਦਾ ਏ। ਅਸੀਂ ਸਾਰਾ ਪਿੰਡ ਭਾਲ ਲਿਆ, ਸਾਰਾ ਪਿੰਡ ਨੇ ਹੀ ਭਾਲ ਲਿਆ, ਕਣਕਾਂ ਵੇਖ ਲਈਆਂ, ਖੂਹ ਵੇਖ ਲਏ, ਕੁੜੀਆਂ ਵੇਖ ਲਈਆਂ, ਕਿਤੇ ਨਹੀਂ ਥਿਆਇਆ, ਕਿਤੇ ਨਹੀਂ ਥਿਆਇਆ। ਫਿਰ ਸਕੂਲ ਵੀ ਚੈੱਕ ਕੀਤਾ, ਸਕੂਲ ਤੋਂ ਅੱਜ ਮਤਲਬ ਵੇਖਿਆ ਤਾਂ ਉਹਦੀ ਲਾਸ਼ ਮਿੱਟੀ ਦਾ ਤੇਲ ਪਾ ਕੇ ਸਾੜੀ ਗਈ ਸੀ। ਇਹਦੇ ਨਾਲ ਕੂਹ ਕਰਮ ਕਰਨਾ ਚਾਹੁੰਦਾ ਸੀਗਾ, ਅਤੇ ਜਦੋਂ ਉਹਨੇ ਅੱਗੋਂ ਰਸਿਸਟ ਕੀਤਾ, ਇਹਨੇ ਉਹਦੇ ਸਿਰ 'ਚ ਇੱਟ ਮਾਰੀ, ਅਤੇ ਉਹ ਜਦੋਂ ਇੱਕ ਇੱਟ ਮਾਰੀ ਤਾਂ ਉਹ ਬੱਚਾ ਜਿਹੜਾ ਹੈਗਾ ਉਹ ਸਕਦਾ ਉਦੋਂ ਐਕਸਪਾਇਰ ਹੋ ਗਿਆ ਵੇ। ਬਾਅਦ 'ਚ ਇਹਨੇ 3-4 ਵਾਰ ਫਿਰ ਇੱਟਾਂ ਉਹਦੇ ਸਿਰ 'ਚ ਮਾਰੀਆਂ। ਸਾਡੇ ਮੁੰਡੇ ਨੇ ਵੇਖ ਲਿਆ ਸੀ, ਕੋਈ ਫੋਨ ਕਰਦਾ ਕਰਦਾ ਪਾਸੇ ਚਲਿਆ ਗਿਆ, ਉਹਨੇ ਗਲਤ ਕੰਮ ਕਰਦਾ ਵੇਖ ਲਿਆ ਅਤੇ ਉਹਨੇ ਲਿਆ। ਮੁੜ ਕੇ ਬਹੁਤ ਜ਼ਿਆਦਾ ਕੁੱਟ ਮਾਰ ਉਹਨਾਂ ਨੇ ਕੀਤੀ, ਉਹਨਾਂ ਦੇ ਘਰਦਿਆਂ ਨੇ ਵੀ ਕੀਤੀ ਇਹਨਾਂ ਨੇ। ਹੁਣ ਅੱਜ ਜਿਹੜੀ ਵੀਡੀਓ ਦੇਖੀ ਆ ਉਹਦੇ ਵਿੱਚ ਮੇਰਾ ਬੱਚਾ ਉਹਦੇ ਨਾਲ ਤੁਰਿਆ ਆਉਂਦਾ ਉਸ ਦਿਨ ਦਾ। ਇਹਨੇ ਇੱਥੋਂ 40 ਰੁਪਈਆਂ ਦਾ ਮੁੱਲ ਜਿਹੜਾ ਹੈਗਾ ਤੇਲ ਲੈ ਕੇ ਆਇਆ, ਅਤੇ ਉਹ ਤੇਲ ਜਿਹੜਾ ਉਹਨੇ ਪਾ ਕੇ ਅਤੇ ਇੱਥੋਂ ਲੱਕੜਾਂ ਇੱਥੇ ਪਈਆਂ ਸਕੂਲ 'ਚ ਜਿਹੜੀ ਉਹਨੇ ਸਾਨੂੰ ਹੁਣ ਨਿਸ਼ਾਨਦੇਹੀ ਦਿੱਤੀ ਆ, ਅਤੇ ਉੱਥੋਂ ਹੀ ਇਹਨੇ ਇੱਥੋਂ ਸਕੂਲ 'ਚੋਂ ਲੱਕੜਾਂ ਚੁੱਕ ਕੇ ਅਤੇ ਉਹ ਡੈੱਡ ਬੋਡੀ ਨੂੰ ਜਿਹੜਾ ਹੈਗਾ ਸਾੜਤਾ। ਮੋਗਾ ਤੋਂ ਵੱਡੀ ਖਬਰ ਸਾਹਮਣੇ ਆਈ ਹੈ ਜਿੱਥੇ ਇੱਕ ਨੌਜਵਾਨ ਦਾ ਕੰਕਾਲ ਸਕੂਲ ਕੋਲੋਂ ਮਿਲਿਆ। ਜ਼ਿਕਰਯੋਗ ਹੈ ਕਿ 22 ਮਾਰਚ ਨੂੰ ਮ੍ਰਿਤਕ ਨੌਜਵਾਨ ਲਾਪਤਾ ਹੋ ਗਿਆ ਸੀ। ਉੱਥੇ ਹੀ ਪੁਲਿਸ ਮੁਤਾਬਕ ਇੱਕ ਵਿਅਕਤੀ ਇਸ ਨੌਜਵਾਨ ਨੂੰ ਬਹਿਲਾ ਫੁਸਲਾ ਕੇ ਆਪਣੇ ਨਾਲ ਲੈ ਗਿਆ ਸੀ, ਜਿਸ ਤੋਂ ਬਾਅਦ ਉਸ ਨਾਲ ਗਲਤ ਕੰਮ ਕਰਨ ਦੀ ਕੋਸ਼ਿਸ਼ ਕੀਤੀ ਗਈ ਅਤੇ ਨੌਜਵਾਨ ਦੇ ਮਨਾ ਕਰਨ ਦੇ ਚਲਦਿਆਂ ਉਸ ਵਿਅਕਤੀ ਵੱਲੋਂ ਇੱਟ ਮਾਰ ਕੇ ਉਸਦਾ ਕਤਲ ਕਰ ਦਿੱਤਾ ਗਿਆ ਅਤੇ ਬਾਅਦ ਵਿੱਚ ਮਿੱਟੀ ਦਾ ਤੇਲ ਪਾ ਕੇ ਉਸਨੂੰ ਜਲਾ ਦਿੱਤਾ ਗਿਆ। ਉਧਰ ਪੁਲਿਸ ਨੇ ਆਰੋਪੀ ਨੂੰ ਗ੍ਰਿਫਤਾਰ ਕਰਕੇ ਮਾਮਲੇ ਦੀ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪਿੰਜਰ ਮਿਲਿਆ ਜੀ ਮੇਸੀ ਪਿੰਡ ਤੋਂ, ਕੀ ਇਨਵੈਸਟੀਗੇਸ਼ਨ ਪਤਾ ਲੱਗਿਆ ਜੀ, ਕੌਣ ਸੀਗਾ ਤੇ ਕਿੱਥੋਂ ਆਇਆ ਸੀ? ਇਹ ਬੱਚਾ ਸੀਗਾ ਸੁਖਪ੍ਰੀਤ ਅਲੈਸ ਕਰਮਾ, ਸਨ ਆਫ ਸਵਰਨ ਸਿੰਘ। ਇਹ ਇਸ ਮਹੇਸ਼ਵਰੀ ਪਿੰਡ ਦਾ ਹੀ ਰਹਿਣ ਵਾਲਾ ਸੀਗਾ ਅਤੇ ਇਹ ਪਰਸੋਂ ਤੋਂ ਕੱਲ੍ਹ ਇਹਦੇ ਸਾਡੇ ਸਦਰ ਥਾਣੇ ਰਿਪੋਰਟ ਲਿਖਾਈ ਇਹਦੇ ਵਾਰਸਾਂ ਨੇ ਵੀ ਇਹ ਘਰੋਂ ਗਿਆ ਹੈ ਬਾ, ਅਤੇ ਅੱਜ ਜਿਹੜਾ ਉਹਦਾ ਇੱਥੇ ਸਕੈਲਟਨ ਮਿਲਿਆ ਔਰ ਹੁਣ ਇਨੀਸ਼ੀਅਲ ਜਿਹੜੀ ਹੈਗੀ ਆ ਤਫਤੀਸ਼ ਤੋਂ ਹੀ ਜਿਹੜਾ ਸਾਨੂੰ ਮੁਕੱਦਮਾ ਟਰੇਸ ਹੋ ਗਿਆ। ਇਹ ਲੱਕੀ ਆ ਅਲੈਸ ਲਖਵਿੰਦਰ ਸਿੰਘ ਲੱਡੂ ਮੈਂਬਰ ਦਾ ਮੁੰਡਾ, 23 ਸਾਲ ਦੀ ਉਮਰ ਆ। ਇਹ ਇਸ ਬੱਚੇ ਨੂੰ 11 ਵਜੇ ਬੈਠਾ ਸੀਗਾ ਉੱਥੇ ਰੇਲਵੇ ਸਟੇਸ਼ਨ 'ਤੇ, ਉੱਥੋਂ ਇਹਨੂੰ ਨਾਲ ਲੈ ਆ ਵੀ ਇੱਥੇ ਘਰ ਪੈਂਦਾ ਅਮਰੀਕ ਸਿੰਘ ਦਾ ਘਰ, ਵੀ ਉੱਥੋਂ ਮੋਟਰਸਾਈਕਲ ਲੈ ਕੇ ਆਉਣਾ ਅਤੇ ਉਹਨੂੰ ਨਾਲ ਲੈ ਆ ਅਤੇ ਇਸ ਗੇਟ ਥਾਣੀਓਂ ਹੀ ਇੱਧਰ ਨੂੰ ਆਇਆ ਸੀਗਾ ਲੈ ਕੇ। ਇਹਦੇ ਨਾਲ ਕੂਹ ਕਰਮ ਕਰਨਾ ਚਾਹੁੰਦਾ ਸੀਗਾ, ਅਤੇ ਜਦੋਂ ਉਹਨੇ ਅੱਗੋਂ ਰਸਿਸਟ ਕੀਤਾ, ਇਹਨੇ ਉਹਦੇ ਸਿਰ 'ਚ ਇੱਟ ਮਾਰੀ, ਅਤੇ ਉਹ ਜਦੋਂ ਇੱਕ ਇੱਟ ਮਾਰੀ ਤਾਂ ਉਹ ਬੱਚਾ ਜਿਹੜਾ ਹੈਗਾ ਉਹ ਸਕਦਾ ਉਦੋਂ ਹੀ ਐਕਸਪਾਇਰ ਹੋ ਗਿਆ ਵੇ। ਬਾਅਦ 'ਚ ਇਹਨੇ 3-4 ਵਾਰ ਫਿਰ ਇੱਟਾਂ ਉਹਦੇ ਸਿਰ 'ਚ ਮਾਰੀਆਂ ਅਤੇ ਪਰਸੋਂ ਹੀ ਉਹ ਬੱਚਾ ਜਿਹੜਾ ਵਾ ਉਹਦੀ ਡੈੱਥ ਹੋ ਗਈ ਸੀਗੀ। ਕੱਲ੍ਹ ਇਹਨੇ ਇੱਥੋਂ 40 ਰੁਪਈਆਂ ਦਾ ਮੁੱਲ ਜਿਹੜਾ ਹੈਗਾ ਤੇਲ ਲੈ ਕੇ ਆਇਆ ਅਤੇ ਉਹ ਤੇਲ ਜਿਹੜਾ ਉਹਨੇ ਪਾ ਕੇ ਅਤੇ ਇੱਥੋਂ ਲੱਕੜਾਂ ਇੱਥੇ ਪਈਆਂ ਸਕੂਲ 'ਚ ਜਿਹੜੀ ਉਹਨੇ ਸਾਨੂੰ ਹੁਣ ਨਿਸ਼ਾਨਦੇਹੀ ਦਿੱਤੀ ਆ, ਅਤੇ ਉੱਥੋਂ ਹੀ ਇਹਨੇ ਇੱਥੋਂ ਸਕੂਲ 'ਚੋਂ ਲੱਕੜਾਂ ਚੁੱਕ ਕੇ ਅਤੇ ਉਹ ਡੈੱਡ ਬੋਡੀ ਨੂੰ ਜਿਹੜਾ ਹੈਗਾ ਸਾੜਤਾ। ਉਹ ਡਿਸਟਰੋਏ ਕਰਨ ਦਾ ਜਿਹੜਾ ਇਹਦਾ ਦੋਸ਼ੀ ਦਾ ਹੈਗਾ ਵੀ ਡਿਸਟਰੋਏ ਇਸ ਕਰਕੇ ਕੀਤਾ ਵੀ ਪਿੰਡ ਨੂੰ ਨਾ ਪਤਾ ਲੱਗੇ ਕਿ ਜਿਹੜਾ ਹੈਗਾ ਵੀ ਉਹ ਮੁੰਡਾ ਮਰ ਚੁੱਕਾ, ਤਾਂ ਆਪਦਾ ਦੋਸ਼ ਛੁਪਾਉਣ ਨੂੰ ਇਹਨੇ ਇਹ ਸਾਰਾ ਕੁਛ ਕੀਤਾ ਅਤੇ ਹੁਣ ਉਹ ਸਾਡੀ ਅਰੈਸਟ 'ਚ ਜਿਹੜਾ ਹੈਗਾ ਉਹਨੂੰ ਅਸੀਂ ਆਪ ਗ੍ਰਿਫਤਾਰ ਕਰ ਲਿਆ ਅਤੇ ਅਗਲੀ ਤਫਤੀਸ਼ ਜਿਹੜੀ ਆ ਉਹ ਸ਼ੁਰੂ ਕਰਤੀ ਹੈ। ਮੁੰਡਾ ਰੇਹੜੀ ਫਰੋਣੀ ਘੱਲਿਆ ਵਾ, ਕਦੋਂ ਦਾ ਗਿਆ? 12:30 ਦਾ ਜੀ। ਕਿਹੜੀ ਤਰੀਕ ਦਾ? 22 ਦਾ ਜੀ। ਕਿਸੇ ਦਾ ਸ਼ੱਕ? ਪਹਿਲਾਂ ਸ਼ੱਕ ਸਾਨੂੰ ਬੇਅੰਤ ਸਿੰਘ ਦੇ ਸੀਗੀ ਵੀ ਉਹਨੇ ਪਹਿਲਾਂ ਉਹਦੇ ਭਰਾ ਦਾ ਕਤਲ ਕੀਤਾ ਸੀਗਾ ਅਤੇ ਆਪਦੇ ਘਰ ਵਾਲੀ ਦਾ ਕਤਲ ਕੀਤਾ ਸੀ, ਕਿ ਸ਼ਾਇਦ ਮੇਰਾ ਬੱਚਾ ਰੇਹੜੀ ਫਰਾਉਣ ਗਿਆ ਵੀ ਇਕੱਲਾ ਹੋਵੇ। ਉਹਦੇ ਨੂੰਹ ਨੇ ਬਿਆਨ ਦਿੱਤੇ ਸੀ, ਕਹਿੰਦੀ ਉਹ ਇਕੱਲਾ ਸੀ ਬੁੜਾ, ਸਾਨੂੰ ਉਹਦੇ 'ਤੇ ਸ਼ੱਕ ਸੀਗੀ। ਉਹ ਕੱਲ੍ਹ ਦੀ ਅਸੀਂ ਰਿਪੋਰਟ ਲਿਖਾ ਕੇ ਆਉਂਦੀ ਹੈ, ਕੱਲ੍ਹ ਦਾ ਉਹਨਾਂ ਦੇ ਹੈਗਾ ਥਾਣੇ 'ਚ ਹੀ ਆ। ਦੁਸ਼ਮਣੀ ਕਿਸੇ ਨਾਲ? ਕੋਈ ਦੁਸ਼ਮਣੀ ਨਹੀਂ ਕਿਸੇ ਪਿੰਡ ਦਾ, ਮੇਰੀ ਕੋਈ ਦੁਸ਼ਮਣੀ ਨਹੀਂ ਵੀਰੇ, ਮੈਂ ਪਿੰਡ ਪੀੜ 'ਚ ਕੰਮ ਕਰਦੀ ਹਾਂ। ਪੁਲਿਸ ਦਾ ਕਹਿਣਾ ਵੀ ਉਹ ਕਹਿੰਦੇ ਹਲੇ ਮਤਲਬ ਦੇਵੇਨੇ ਆ, ਅਸੀਂ ਛਾਨਵੀਨ ਕਰਨ ਗਈ ਆ ਘਰੇ ਵੀ। ਪਿੰਜਰ ਦੇ ਹਿਸਾਬ ਨਾਲ ਜੀ ਮੇਰਾ ਲੜਕਾ ਹੀ ਲੱਗਦਾ ਏ। ਮੰਗ ਇਨਸਾਫ ਮਿਲਣਾ ਚਾਹੀਦਾ ਮੇਰੇ ਬੱਚੇ ਨੇ ਵੀ ਤੇ ਸਾਨੂੰ ਵੀ। ਗਲਤ ਕੰਮ ਲਈ ਸਾਡੇ ਮੁੰਡੇ ਨੇ ਵੇਖ ਲਿਆ ਸੀ, ਕੋਈ ਫੋਨ ਕਰਦਾ ਕਰਦਾ ਪਾਸੇ ਚਲਿਆ ਗਿਆ, ਉਹਨੇ ਗਲਤ ਕੰਮ ਕਰਦਾ ਵੇਖ ਲਿਆ ਤੇ ਉਹਨੇ ਲਿਆ। ਮੁੜ ਕੇ ਬਹੁਤ ਜਿਆਦਾ ਕੁੱਟ ਮਾਰ ਉਹਨਾਂ ਨੇ ਕੀਤੀ, ਉਹਨਾਂ ਦੇ ਘਰਦਿਆਂ ਨੇ ਵੀ ਕੀਤੀ ਇਹਨਾਂ ਨੇ। ਉਹ ਕਹਿੰਦੇ ਵੀ ਆਪਦੇ ਮੁੰਡੇ ਨੂੰ ਵਿਆਹ ਦੋ ਜੇ ਇੰਨੀ ਅੱਗ ਆ ਤਾਂ। ਇਹ ਤੋਂ ਬਾਅਦ ਨਹੀਂ ਲੈ ਸੀ, ਮੈਂ ਆਪਦੇ ਬੱਚਿਆਂ ਨੂੰ ਸਮਝਾਇਆ, ਮੈਂ ਕਿਹਾ ਕਿਸੇ ਦੇ ਵੀ ਕੋਲੇ ਖੜਨਾ ਨਹੀਂ ਬੈਠਣਾ ਨਹੀਂ ਗਾ,
ਮੇਰੇ ਬੱਚੇ ਨਹੀਂ ਬੈਠੇ ਹੁਣ ਅੱਜ ਜਿਹੜੀ ਵੀਡੀਓ ਦੇਖੀ ਆ ਉਹਦੇ ਵਿੱਚ ਮੇਰਾ ਬੱਚਾ ਉਹਦੇ ਨਾਲ ਤੇਰੇ ਆਂਦਾ ਉਸ ਦਿਨ ਦਾ ਕਿਹੜੀ ਵੀਡੀਓ ਸੀ ਕਿ ਕਿੱਥੋਂ ਦੇਖੀ ਕੈਮਰੇ 'ਚ ਅਮਰੀਕ ਕੇ ਬੁਰਾ ਰਿਆਂ ਦੀ ਮੁੜ ਕੇ ਦੂਜਿਆਂ ਨੇ ਅੱਜ ਕੈਮਰੇ 'ਚ ਵੇਖੀ ਉਹ ਮੁੰਡਾ ਤਾਂ ਘਰੇ ਚੱਲਿਆ ਗਿਆ ਮੇਰਾ ਮੁੰਡਾ ਵਾਪਸ ਘਰੇ ਨਹੀਂ ਗਿਆ ਗਾ ਅਸੀਂ ਸਾਰਾ ਪਿੰਡ ਭਾਲ ਲਿਆ ਸਾਰਾ ਪਿੰਡ ਨੇ ਹੀ ਭਾਲ ਲਿਆ ਕਣਕਾਂ ਵੇਖ ਲਈਆਂ ਖੂਹ ਵੇਖ ਲਏ ਕੁੜੀਆਂ ਵੇਖ ਲਈਆਂ ਕਿਤੇ ਨਹੀਂ ਥਿਆਇਆ ਕਿਤੇ ਨਹੀਂ ਥਿਆਇਆ ਫਿਰ ਸਕੂਲ ਵੀ ਚੈੱਕ ਕੀਤਾ ਸਕੂਲ ਤੋਂ ਅੱਜ ਮਤਲਬ ਵੇਖਿਆ ਤਾਂ ਉਹਦੀ ਲਾਸ਼ ਮਿੱਟੀ ਦਾ ਤੇਲ ਪਾ ਕੇ ਸਾੜੀ ਗਈ ਸੀਗੀ ਮੋਗਾ ਤੋਂ ਚਮਕੌਰ ਲੋਪੋ ਦੀ ਰਿਪੋਰਟ ਪੰਡਿਤ ਕਾਸ਼ੀਰਾਮ ਜੀ ਹਰ ਸਮੱਸਿਆ ਦਾ ਸਮਾਧਾਨ ਘਰ ਬੈਠੇ ਕਰਵਾਓ ਮਨਚਾਇਆ ਕੰਮ ਕਾਰੋਬਾਰ ਵਿੱਚ ਰੁਕਾਵਟ ਵਸ਼ੀਕਰਨ ਕਰਵਾਉਣਾ ਜਾਂ ਤੁੜਵਾਉਣਾ ਲਵ ਮੈਰਿਜ ਕਿੱਤਾ ਕਰਵਾਇਆ ਸੰਤਾਨ ਹੀਨਤਾ ਸੱਸ ਨੂੰ ਅਤੇ ਪਤੀ ਪਤਨੀ 'ਚ ਅਨਬਨ ਗੁਪਤ ਰੋਗ ਕੋਰਟ ਕੇਸ ਤਲਾਕ ਕਰਵਾਉਣਾ ਜਾਂ ਨਾ ਕਰਵਾਉਣਾ ਖੋ ਚੁੱਕਾ ਪਿਆਰ ਪਿਆਰ ਵਿੱਚ ਧੋਖਾ ਗੁਪਤ ਰੋਗ ਤੋਂ ਪਰੇਸ਼ਾਨ ਸੌਤਨ ਜਾਂ ਦੁਸ਼ਮਣ ਤੋਂ ਛੁਟਕਾਰਾ ਹਰ ਸਮੱਸਿਆ ਦਾ ਘਰ ਬੈਠੇ ਸਮਾਧਾਨ ਕਰਵਾਓ ਪੰਡਿਤ ਕਾਸ਼ੀਰਾਮ ਜੀ ਅੱਜ ਹੀ ਫੋਨ ਕਰੋ